ਕਾਫੀ ਜ਼ਿਆਦਾ ਮਤਲਬ ਵੀਡੀਓ ਸੁਣ ਲਈ ਆ। ਇਸ ਤੋਂ ਪਹਿਲੇ ਕਿਉਂਕਿ ਮੈਂ ਉਹਨਾਂ ਦਾ ਪ੍ਰਚਾਰ ਨਹੀਂ ਸੁਣਿਆ, ਕਈ ਸਿੱਖ ਵੀਰ ਸੀ ਹੋਰ ਕਮੈਂਟ ਕਰਦੇ ਸੀ ਕਿ ਢੱਡਿਆਂ ਠੀਕ ਨੇਗਾ, ਗੁਰੂ ਸਾਹਿਬਾਨ ਦੇ ਬਾਰੇ ਖਿਲਾਫ ਬੋਲਦਾ ਹੈ, ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਬੋਲਦਾ ਹੈ, ਗੁਰੂ ਸਾਹਿਬਾਨ ਨੂੰ ਨਹੀਂ ਮੰਨਦਾ ਫਿਰ ਦਰਬਾਰ ਸਾਹਿਬ ਦੀ ਬੇਅਦਬੀ ਕਰਦਾ ਹੈ। ਜੋ ਜਿੰਨੀ ਦੇਰ ਤੱਕ ਕਿਸੇ ਬੰਦੇ ਨੂੰ ਤੁਸੀਂ ਜਾਣੀਏ ਨਾ, ਉਨੀ ਦੇਰ ਤੱਕ ਉਹਦੇ ਬਾਰੇ ਰਾਏ ਕਾਇਮ ਨਹੀਂ ਕਰਨੀ ਚਾਹੀਦੀ। ਅਤੇ ਉਸ ਨੂੰ ਬਿਨਾਂ ਹਰ ਕਿਸੇ ਨੇ ਆਪਣਾ ਪੱਖ ਰੱਖਣ ਦਾ ਅੰਮ੍ਰਿਤ ਵੇਲਾ ਕੁਛ ਨਹੀਂ ਹੁੰਦਾ, ਉਹ ਗੱਲ ਗਲਤ ਸੀ। ਜਿਹੜੀ ਗੱਲ ਗਲਤ ਹੋਏ ਅਸੀਂ ਉਹਨੂੰ 100% ਗਲਤ ਕਵਾਂਗੇ, ਜੇ ਠੀਕ ਹੋਏ ਹੁਣ ਉਹ ਜਥੇਦਾਰ ਦੇ ਬਾਰੇ ਕਹਿ ਰਹੇ ਹਨ। ਅਸਲ ਦੇ ਵਿੱਚ ਵੀਰੋ ਸਿੱਖ ਕਿਸਮ ਦੇ ਵਿੱਚ ਜਿਸ ਤਰ੍ਹਾਂ ਉਹ ਕਹਿ ਰਹੇ ਕਿ ਜਥੇਦਾਰ ਦਾ ਕੀ ਮਤਲਬ ਹੈ, ਕਿ ਸਿੱਖਾਂ ਦੀ ਸਭ ਤੋਂ ਵੱਡੀ ਨੁਮਾਇੰਦਾ ਜਮਾਤ ਹੈ ਜਿਹੜੀ ਸਿੱਖਾਂ ਦੀ ਨਿਜ਼ਾਮ ਚਲਾਉਂਦੀ ਹੈ ਗੁਰਦੁਆਰਿਆਂ ਦਾ, ਜਿਹੜਾ ਸਿੱਖਾਂ ਨੂੰ ਫਿਰ ਸੱਸਿਆ ਨੇ ਜੇਲ੍ਹ ਦੇ ਵਿੱਚ ਪਾਉਂਦੇ ਜੋ ਅਜਿਹੇ ਯੋਗਦਾਨ ਕਿ ਉਹਨਾਂ ਨੇ ਤਾਂ ਕਰੋੜਾਂ ਰੁਪਇਆ ਲਾਇਆ ਸੰਗਤਾਂ ਦਾ, ਰੁਪਇਆ ਜਿਹੜਾ ਸੰਗਤਾਂ ਨੇ ਲੰਗਰ ਵਾਸਤੇ ਲੋਕਾਂ ਦੀ ਸੇਵਾ ਵਾਸਤੇ ਦਿੱਤਾ ਸੀ, ਕਰੋੜਾਂ ਰੁਪਇਆ ਲਾਇਆ ਤਾਂ ਕਿ ਇਹ ਦੱਸਿਆ ਜਾਵੇ ਕਿ ਸੱਸਰੇ ਵਾਲੇ ਨੂੰ ਕਿਸੇ ਮਾਫ਼ੀ ਦਿੱਤੀ ਹੈ। ਉਹਨਾਂ ਦਾ ਕੋਈ ਉਹਦਾ ਯੋਗਦਾਨ ਨਹੀਂ ਹੈ ਉਹਦੀ ਸਜ਼ਾ ਦੇ ਵਿੱਚ, ਉਹਦੀ ਕੈਦ ਦੇ ਵਿੱਚ, ਇਹ ਕਿਸੇ ਹੋਰ ਦਾ ਕੰਮ, ਕਿਸੇ ਹੋਰ ਦਾ ਕੰਮ ਕਰਦਾ, ਸਿਰਫ ਆਪਣੀ ਵਾਹਵਾ ਕਰਾਉਣ ਵਾਸਤੇ ਇਹੋ ਜਿਹੇ ਬਿਆਨ ਦੇ ਰਹੇ। ਅਸਲ ਦੇ ਵਿੱਚ ਉਹਨਾਂ ਦਾ ਕਹਿਣ ਦਾ ਮਕਸਦ ਇਹ ਹੈ ਕਿ ਜਥੇਦਾਰ ਨੂੰ ਪੂਰਾ ਸਟ੍ਰਿਕਟ ਐਕਸ਼ਨ ਲੈਣਾ ਚਾਹੀਦਾ, ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਹੋਈਆਂ ਹੋਏ, ਜਿਹੜਾ ਸਿੱਖੀ ਦੇ ਉੱਤੇ ਗੁਰੂ ਸਾਹਿਬਾਨ ਦੇ ਉੱਤੇ ਹੋਈਆਂ ਹੋਏ, ਉਹਨਾਂ 'ਤੇ ਸਖ਼ਤ ਐਕਸ਼ਨ ਲਿਆ ਜਾਵੇ ਤਾਂ ਕਿ ਕੋਈ ਬੰਦਾ ਇਸ ਤਰ੍ਹਾਂ ਦੀ ਹਿੰਮਤ ਨਾ ਕਰੇ। ਇਹ ਸੀ ਅਸਲ ਉਹਨਾਂ ਦੀ ਅੱਜ ਦੀ ਵੀਡੀਓ ਦਾ ਮੈਸੇਜ, ਜਿਸ ਤਰ੍ਹਾਂ ਕਿ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਕਿ ਵੀਡੀਓ ਢੱਡੀਆਂ ਪੁਰਾਣਾ ਬੜਾ ਸਾਲ ਪੁਰਾਣਾ ਮਾਮਲਾ ਪੂਰੀ ਪੂਰੀ ਹਾਈਲਾਈਟ ਹੋ ਰਿਹਾ ਹੈ, ਉਹਨਾਂ 'ਤੇ ਇਲਜ਼ਾਮ ਲੱਗੇ ਕਿ ਉਹਨਾਂ ਨੇ ਵੀ ਕੋਈ ਕਾਰਡ ਕੀਤਾ ਹੋਇਆ ਹੈ। ਪੋਸਟਮਾਰਟਮ ਦੀ ਰਿਪੋਰਟ ਸਾਹਮਣੇ ਆਏਗੀ, ਹਾਈਕੋਰਟ ਦੇ ਅੰਦਰ ਇਨਕੁਆਇਰੀ ਚੱਲੇਗੀ, ਇਹ ਗੱਲ ਸਪਸ਼ਟ ਹੋ ਜਾਏਗੀ ਸਾਫ਼ ਕੌਣ ਦੋਸ਼ੀ ਹੈ ਕੌਣ ਨਹੀਂ। ਇਸ ਤੋਂ ਪਹਿਲੇ ਅਸੀਂ ਕਿਸੇ ਬੰਦੇ ਨੂੰ ਵੀ ਦੋਸ਼ੀ ਕਰਾਰ ਨਹੀਂ ਦੇ ਸਕਦੇ। ਵੀਰੋ ਢੱਡੀਆਂ ਵਾਲੇ ਨਾਲ ਤੁਸੀਂ ਲੱਖ ਇਤਲਾਫ ਕਰੋ, ਅਗਰ ਉਹਨਾਂ ਦੇ ਖਿਲਾਫ਼ ਕੋਈ ਤੁਹਾਡੇ ਕੋਲ ਵੀਡੀਓ ਮੌਜੂਦ ਹੈ ਜਿਹਦੇ 'ਚ ਬੇਅਦਬੀ ਕਰ ਰਹੇ ਹੋ, ਗਲਤ ਗੱਲ ਕਰ ਰਹੇ ਹੋ, ਸਾਨੂੰ ਸੈਂਡ ਕਰੋ, ਅਸੀਂ ਉਸ ਵੀਡੀਓ 'ਤੇ ਵੀ ਰਿਐਕਸ਼ਨ ਦੇ ਕੇ ਉਹਨਾਂ ਨੂੰ ਐਕਸਪੋਜ਼ ਕਰਾਂਗੇ। ਸਾਡਾ ਮਕਸਦ ਕਿਸੇ ਨੂੰ ਵੀ ਸਪੋਰਟ ਕਰਨਾ ਨਹੀਂ ਹੈ, ਮਤਲਬ ਇਹ ਹੈ ਕਿ ਜਿਹੜੀ ਸਹੀ ਗੱਲ ਹੈ ਚੰਗੀ ਗੱਲ ਹੈ ਉਹਨੂੰ ਬਹੁਤਾ ਫੈਲਾਇਆ ਜਾਵੇ ਤਾਂ ਕਿ ਉਹ ਗੱਲ ਬਹੁਤੇ ਤੋਂ ਬਹੁਤੇ ਲੋਕਾਂ ਤੱਕ ਪਹੁੰਚ ਸਕੇ। ਵੀਰੋ ਤੁਹਾਨੂੰ ਦੱਸਣ ਲੱਗੀ ਅੱਜ ਦੀ ਵੀਡੀਓ, ਅਗਰ ਤੁਹਾਨੂੰ ਚੰਗੀ ਲੱਗੀ ਹੈ ਤਾਂ ਤੁਸੀਂ ਲਾਈਕ ਸ਼ੇਅਰ ਕਮੈਂਟ ਕਰੋ ਅਤੇ ਉਹਨਾਂ ਦੇ ਕੋਲ ਤੱਕ ਜਿਹੜੀ ਚਾਲ ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀ ਵੀ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ ਮੈਂ ਪਰਮਵੀਰ ਸਿੰਘ ਬਾਠ ਤੁਹਾਡਾ ਸਵਾਗਤ ਕਰਦਾ। ਆਰਜ਼ੀ ਤੌਰ ਦੇ ਉੱਤੇ ਇਸ ਮੋਰਚੇ ਦੇ ਉੱਤੇ ਡਿਊਟੀ ਅੱਜ ਮੇਰੀ ਲੱਗੀ ਹੈ, ਪਰ ਦੂਸਰੇ ਪਾਸੇ ਖਬਰਾਂ ਦੀ ਚੀਰ ਫਾੜ ਕਰਨ ਦੇ ਲਈ, ਉਹਨਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ, ਖਬਰਾਂ ਦੇ ਅੱਗੇ ਪਿੱਛੇ ਜਾਗ ਕੇ ਚੰਗੇ ਤਰੀਕੇ ਦੇ ਨਾਲ ਉਹਨਾਂ ਦਾ ਜ਼ੋਰ ਕੱਢਣ ਦੇ ਲਈ ਸੀਨੀਅਰ ਪੱਤਰਕਾਰ ਅਤੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਹਮੇਸ਼ਾ ਦੀ ਤਰ੍ਹਾਂ ਆਪਣੇ ਨਾਲ ਨੇ। ਪੰਨੂ ਸਾਹਿਬ ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ ਪੰਨੂ ਸਾਹਿਬ, ਬਿਨਾਂ ਕਿਸੇ ਦੇਰੀ ਤੋਂ ਸਿੱਧਾ ਆਪਾਂ ਚੱਲਦੇ ਹਾਂ ਕਿ ਅੱਜ ਕਈ ਘੰਟੇ ਦੁਪਹਿਰੋਂ ਬਾਅਦ ਸਮੁੱਚੇ ਪੰਜਾਬੀਆਂ ਦੀਆਂ ਨਜ਼ਰਾਂ ਇੱਕ ਮੀਟਿੰਗ ਦੇ ਉੱਤੇ ਟਿਕੀਆਂ ਨੇ। ਅਚਾਨਕ ਮੀਟਿੰਗ ਅੰਮ੍ਰਿਤਸਰ ਦੇ ਵਿੱਚ ਹੁੰਦੀ ਹੈ, ਜਿਹਦੇ ਵਿੱਚ ਕੁਝ ਤਖਤਾਂ ਦੇ ਸਿੰਘ ਸਾਹਿਬਾਨ ਅਤੇ ਕੁਝ ਹੋਰ ਲੀਡਰ ਸ਼ਾਮਿਲ ਹੁੰਦੇ ਆ। ਜਦੋਂ ਤੱਕ ਮੀਟਿੰਗ ਮੁੱਕੀ ਨਾ, ਜਦੋਂ ਤੱਕ ਬਾਹਰ ਆ ਕੇ ਉਹਦੇ ਵਿੱਚੋਂ ਕੁਝ ਇੱਕ ਲੀਡਰਾਂ ਨੇ ਉਹਦੇ ਬਾਬਤ ਕੁਝ ਦੱਸਿਆ ਨਾ, ਸਾਰੇ ਹੀ ਲੋਕਾਂ ਦੇ ਵਿੱਚ ਚਰਚਾ ਬਣੀ ਰਹੀ ਕਿ ਹੋਏਗਾ ਕੀ, ਕਈ ਪਾਸੇ ਕਿਆ ਸਰਾਈਆਂ ਲਾਈਆਂ ਜਾਂਦੀਆਂ ਰਹੀਆਂ, ਆਖਿਰਕਾਰ ਉਸ ਲੰਬੀ ਚੱਲੀ ਮੀਟਿੰਗ ਵਿੱਚੋਂ ਨਿਕਲਿਆ ਕੀ? ਪਰਵੀਰ ਜੀ, ਅੱਜ ਸਾਰਾ ਕੁਝ ਲੋਕਾਂ ਦਾ ਸਾਰਿਆਂ ਦਾ ਧਿਆਨ ਜਿਹਨਾਂ ਨੂੰ ਪੱਤਰਕਾਰੀ ਦੇ ਵਿੱਚ ਪੱਤਰਕਾਰੀ ਤੋਂ ਬਾਅਦ ਬਿਮਾਰੀ
ਅਚਾਨਕ ਇਹ ਖਬਰ ਆਈ ਕਿ ਅੰਮ੍ਰਿਤਸਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਣਬੀਰ ਸਿੰਘ ਹੋਰਾਂ ਦੇ ਰਿਹਾਇਸ਼ ਉੱਤੇ ਇੱਕ ਮੀਟਿੰਗ ਚੱਲਦੀ ਹੋਈ ਹੈ, ਜਿਹਦੇ ਵਿੱਚ ਤਿੰਨ ਸਿੰਘ ਸਾਹਿਬਾਨ ਨੇ, ਇੱਕ ਤੇ ਉਹ ਆਪ ਅਤੇ ਇੱਕ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਨੇ, ਉਹ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਰਹਿ ਚੁੱਕੇ, ਜੇ ਇੱਕ ਸਿੰਘ ਸਾਹਿਬ ਹੋਰ ਉਹਨਾਂ ਦਾ ਨਾਮ ਮੈਨੂੰ ਪਤਾ ਨਹੀਂ ਲੱਗ ਸਕਿਆ। ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੋਜੜ ਵੀ ਉੱਥੇ ਪਹੁੰਚੇ। ਇਹ ਖਬਰ ਸਾਰਿਆਂ ਵਾਸਤੇ ਹੈਰਾਨੀ ਵਾਲੀ ਸੀ। ਜਦੋਂ ਇਹ ਮੀਡੀਆ ਵਿੱਚ ਆ ਕੇ ਹਰ ਪਾਸੇ ਚਰਚਾ ਦਾ ਵਿਸ਼ਾ ਵੀ ਬਣ ਗਈ। ਮੈਂ ਪਤਾ ਕਰਾਉਣ ਦਾ ਯਤਨ ਕੀਤਾ ਅਤੇ ਪਹਿਲਾਂ ਮੈਨੂੰ ਇਹ ਦੱਸਿਆ ਗਿਆ ਕਿ ਗਿਆਨੀ ਹਰਪ੍ਰੀਤ ਸਿੰਘ ਹੋਏ ਚੰਗੇ ਵਿਦੇਸ਼ ਬਣ ਗਏ। ਬਾਅਦ ਵਿੱਚ ਪਤਾ ਕਰਾਇਆ ਅਤੇ ਇਹ ਗੱਲ ਨਹੀਂ ਰਹੀ ਕਿ ਉਹ ਵਿਦੇਸ਼ ਤੋਂ ਆ ਗਏ ਅਤੇ ਏਅਰਪੋਰਟ ਤੋਂ ਉੱਤਰਦੇ ਸਾਰ ਸਿੱਧੇ ਗਿਆਨੀ ਰਣਬੀਰ ਸਿੰਘ ਦੀ ਰਿਹਾਇਸ਼ 'ਤੇ ਚਲੇ ਗਿਆ ਅਤੇ ਮੀਟਿੰਗ ਉੱਥੇ ਹੋ ਰਹੀ ਹੈ। ਫਿਰ ਇੱਕ ਖਬਰ ਆਈ ਕਿ ਨਹੀਂ, ਇਹ ਸਾਰੀ ਕਹਾਣੀ ਮੈਂ ਫੈਲਾਈ ਗਈ ਹੈ। ਗਿਆਨੀ ਰਣਬੀਰ ਸਿੰਘ ਹੋਰ ਦੇ ਉੱਤੇ ਹੈਗੇ ਨਹੀਂ ਅੱਜ ਇਹ ਵੀ ਗੱਲਬਾਤ ਪੈ ਲੱਗੀ ਕਿ ਐਵੇਂ ਧਿਆਨ ਪਾਸੇ ਪਾਉਣ ਦੀ ਕੋਸ਼ਿਸ਼ ਸੀ। ਉਹਦੇ ਬਾਅਦ ਦੋ ਗੱਲਾਂ ਦੀ ਲਗਾਤਾਰ ਚਰਚਾ ਹੁੰਦੀ ਰਹੀ। ਇੱਕ ਤਾਂ ਇਹ ਕਿ ਤਿੰਨ ਸਿੰਘ ਸਾਹਿਬਾਨ ਨੇ ਕਹਿਤਾ ਅਸੀਂ ਤਾਂ ਅਸਤੀਫੇ ਦੇ ਦੇਣੇ ਜਾਂ ਆਜ਼ਾਦੀ ਰਹਿਣਾ, ਅਤੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਤੁਸੀਂ ਅਸਤੀਫਾ ਨਾ ਦਿਓ। ਇਹਦੇ ਬਰਾਬਰ ਤਾਂ ਦੂਸਰੀ ਚਰਚਾ ਇਹ ਚੱਲ ਰਹੀ ਹੈ ਕਿ ਉਹ ਅਸਤੀਫਾ ਨਹੀਂ ਦੇ ਰਹੇ, ਬਲਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਦੋਵਾਂ ਨੂੰ ਇਸ ਗੱਲ ਨੂੰ ਮਨਾਉਣ ਵਾਸਤੇ ਗਏ ਆ ਕਿ ਤੁਸੀਂ ਅਸਤੀਫੇ ਦੇ ਜੋ ਤੁਹਾਡੇ ਥਾਂ 'ਤੇ ਨਵੇਂ ਜਹਾਜ਼ ਲਾ ਦਿੰਦੇ ਹਾਂ ਅਤੇ ਉਹ ਆਪੇ ਪ੍ਰਬੰਧ ਕਰ ਦਿੰਦੇ ਹੋ ਗਾ। ਮੈਨੂੰ ਨਹੀਂ ਸਮਝ ਆਉਂਦੀ, ਛੋਟੇ ਹੁੰਦਿਆਂ ਤੋਂ ਸੁਣਿਆ ਸੀ ਖੰਭਾਂ ਦੀਆਂ ਡਾਰਾਂ ਬਣ ਗਈਆਂ, ਕਿਤੇ ਖੰਭ ਵੇਖਿਆ ਤਾਂ ਦੂਸਰੇ ਨੇ ਆਖਿਆ ਉੱਥੇ ਖੰਭ ਵੇਖਿਆ, ਨਹਾ ਕੇ ਆ ਕੇ ਖੰਭ ਵੇਖੇ ਸੀ, ਤੀਸਰੇ ਨੇ ਆਖਿਆ ਖੰਭ ਵੇਖੇ ਸੀ ਅਤੇ ਪੰਛੀ ਆਏ ਹੋਣਗੇ, ਫਿਰ ਪੰਛੀਆਂ ਤੋਂ ਉੱਪਰ ਉੱਡ ਗਏ ਹੋਣਗੇ ਅਤੇ ਖੰਭ ਤੋਂ ਖੰਭਾਂ ਦੀਆਂ ਡਾਰਾਂ ਬਣ ਗਈਆਂ। ਇਹ ਕੁਝ ਅੱਜ ਸਾਰਾ ਦਿਨ ਚੱਲਦਾ ਰਿਹਾ। ਹੁਣ ਥੋੜ੍ਹੀ ਦੇਰ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਉਹ ਜਦੋਂ ਬਾਹਰ ਨਿਕਲੇ ਆ ਅਤੇ ਉਹਨਾਂ ਨੇ ਪੱਤਰਕਾਰ ਨਾਲ ਗੱਲਬਾਤ ਕੀਤੀ ਤਾਂ ਉਹਨੇ ਆਖਿਆ ਹਾਂਜੀ ਮੀਟਿੰਗ ਹੋਈ ਹੈ, ਪਰ ਨਾਲ ਹੀ ਉਹਨਾਂ ਨੇ ਆਖਿਆ ਉੱਥੇ ਅਕਾਲੀ ਦਲ ਦੇ ਸੰਕਟ ਬਾਰੇ ਸਾਡੀ ਕੋਈ ਗੱਲ ਨਹੀਂ ਹੋਈ। ਇੱਦਾਂ ਦੀਆਂ ਮੀਟਿੰਗਾਂ